ਕੋਵਿਡ-19 ਨੇ ਬਹੁਤ ਜ਼ਿਆਦਾ ਉਲਝਣ ਅਤੇ ਚਿੰਤਾ ਦਾ ਕਾਰਨ ਬਣਾਇਆ ਹੈ। ਤੁਸੀਂ ਚਿੰਤਾ ਮਹਿਸੂਸ ਕਰ ਸਕਦੇ ਹੋ, ਤਨਹਾ, ਇਕੱਲੇ ਜਾਂ ਇਕੱਲੇ ਰਹਿਣਾ। ਬਹੁਤ ਸਾਰੇ ਦੂਸਰੇ ਵੀ ਇਸੇ ਤਰ੍ਹਾਂ ਮਹਿਸੂਸ ਕਰਨਗੇ। ਕੁਝ ਸਧਾਰਨ ਚੀਜ਼ਾਂ ਹਨ ਜੋ ਤੁਸੀਂ ਘਰ ਨੂੰ ਸ਼ਾਂਤ ਮਹਿਸੂਸ ਕਰਨ ਵਿੱਚ ਸਹਾਇਤਾ ਕਰ ਸਕਦੇ ਹੋ। ਦੋਸਤਾਂ ਅਤੇ ਪਰਿਵਾਰ ਨਾਲ ਗੱਲ ਕਰੋ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ। ਸਹਾਇਤਾ ਸਮੂਹ ਲੱਭੋ ਅਤੇ ਨਿਯਮਤ ਕਸਰਤ ਕਰੋ। ਥੋੜ੍ਹੀ ਜਿਹੀ ਸੈਰ ਵੀ ਮਦਦ ਕਰ ਸਕਦੀ ਹੈ। ਜਿੰਨਾ ਚੰਗਾ ਤੁਸੀਂ ਖਾ ਸਕਦੇ ਹੋ ਖਾਓ, ਅਤੇ ਇਸ ਨਿਸ਼ਚਿਤ ਕਰੋ ਕਿ ਤੁਹਾਨੂੰ ਠੀਕ ਨੀਂਦ ਆ ਰਹੀ ਹੈ। ਤੁਸੀਂ ਆਪਣੇ ਡਾਕਟਰ ਨਾਲ ਇਸ ਬਾਰੇ ਗੱਲ ਵੀ ਕਰ ਸਕਦੇ ਹੋ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਕਿਉਂਕਿ ਇਸਨੂੰ ਆਪਣੇ ਕੋਲ ਰੱਖਣਾ ਇਸਨੂੰ ਹੋਰ ਵੀ ਮਾੜਾ ਮਹਿਸੂਸ ਕਰ ਸਕਦਾ ਹੈ। ਜੇ ਤੁਸੀਂ ਠੀਕ ਨਹੀਂ ਮਹਿਸੂਸ ਕਰਦੇ ਕੋਈ ਹੋਰ ਕਾਰਨ, ਚੱਲ ਰਹੀ ਬਿਮਾਰੀ ਹੈ ਜਾਂ ਗਰਭਵਤੀ ਹੈ, ਆਪਣੇ ਡਾਕਟਰ ਨਾਲ ਸੰਪਰਕ ਕਰਨਾ ਮਹੱਤਵਪੂਰਨ ਹੈ। ਤੁਹਾਡਾ ਡਾਕਟਰ ਤੁਹਾਡੀ ਜ਼ਰੂਰਤ ਪੈਣ 'ਤੇ ਹੋਸਪਿਟਲ ਦੀ ਦੇਖਭਾਲ ਪ੍ਰਾਪਤ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ, ਜਾਂ ਉਹ ਤੁਹਾਨੂੰ ਹੋਰ ਸਮੂਹਾਂ ਅਤੇ ਸੇਵਾਵਾਂ ਬਾਰੇ ਦੱਸ ਸਕਦੇ ਹਨ ਜੋ ਮਦਦ ਕਰ ਸਕਦੀਆਂ ਹਨ। ਹਰ ਕੋਈ ਆਪਣੇ ਸਥਾਨਕ ਅਭਿਆਸ ਵਿੱਚ ਬਿਨਾਂ ਕਿਸੇ ID ਜਾਂ ਪਤੇ ਦੇ ਸਬੂਤ ਅਤੇ ਡਾਕਟਰ ਲਈ ਰਜਿਸਟਰ ਕਰ ਸਕਦਾ ਹੈ। ਨਿਯੁਕਤੀਆਂ ਅਤੇ ਕੋਵਿਡ-19 ਟੈਸਟ ਮੁਫਤ ਹਨ। ਕੋਵਿਡ-19 ਬਾਰੇ ਸਰਕਾਰੀ ਸਲਾਹ ਨਿਯਮਿਤ ਤੌਰ 'ਤੇ ਅਪਡੇਟ ਕੀਤੀ ਜਾਂਦੀ ਹੈ, ਪਰ ਇਨ੍ਹਾਂ ਸਧਾਰਨ ਕਦਮਾਂ ਦੀ ਪਾਲਣਾ ਕਰਦਿਆਂ ਸੁਰੱਖਿਅਤ ਰਹਿਣਾ ਅਜੇ ਵੀ ਮਹੱਤਵਪੂਰਨ ਹੈ। ਜੇ ਸਰਕਾਰ ਤੁਹਾਨੂੰ ਸਲਾਹ ਦੇਵੇ ਤਾਂ ਫੇਸ ਮਾਸਕ ਪਾਓ। ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਬਾਹਰੋਂ ਮਿਲੋ ਜਿੱਥੇ ਸੰਭਵ ਹੋਵੇ। ਵਾਇਰਸ ਘਰ ਦੇ ਅੰਦਰ ਆਸਾਨੀ ਨਾਲ ਫੈਲ ਜਾਂਦਾ ਹੈ ਅਤੇ ਉਹਨਾਂ ਲੋਕਾਂ ਦੀ ਗਿਣਤੀ ਸੀਮਿਤ ਕਰਦਾ ਹੈ ਜਿਨ੍ਹਾਂ ਨਾਲ ਤੁਸੀਂ ਮਿਲਦੇ ਹੋ। ਆਪਣੇ ਹੱਥ ਅਕਸਰ 20 ਸੈਕਿੰਟਾਂ ਤੋਂ ਵੱਧ ਸਮੇਂ ਲਈ ਸਬਰ ਅਤੇ ਪਾਣੀ ਨਾਲ ਧੋਵੋ। ਯਾਦ ਰੱਖੋ, ਤੁਹਾਡਾ ਡਾਕਟਰ ਤੁਹਾਡੀ ਸਹਾਇਤਾ ਅਤੇ ਸਹਾਇਤਾ ਰਹਿਣ ਲਈ ਉੱਥੇ ਹੈ। ਜੇ ਤੁਹਾਨੂੰ ਕਿਸੇ GP ਨਾਲ ਰਜਿਸਟਰ ਹੋਣ ਵਿੱਚ ਮਦਦ ਦੀ ਜ਼ਰੂਰਤ ਹੈ ਤਾਂ ਮੁਫਤ ਹੈਲਪਲਾਈਨ 'ਤੇ ਵਿਸ਼ਵ ਦੇ ਡਾਕਟਰਾਂ ਨਾਲ ਸੰਪਰਕ ਕਰੋ। 0808-1647-686 ਫ੍ਰੀ ਫੋਨ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਤੋਂ 12 ਵਜੇ ਤੱਕ। ਆਪਣੇ ਭਾਸ਼ਾ ਦੇ ਵਿੱਚ ਕੋਰੋਨਾ ਵਾਇਰਸ ਬਾਰੇ ਵਧੇਰੇ ਜਾਣਕਾਰੀ ਲਈ www.doctorsoftheworld.org.uk/coronavirusinformation